ਅਗਲੀ ਖਬਰ ਵੱਲ ਚਲੀਏ। ਬੜੀ ਹੈਰਾਨੀਜਨਕ ਖਬਰ ਆਈ ਆ ਭਈ ਆਸਟ੍ਰੇਲੀਆ ਦੇ ਵਿੱਚ ਕਿਤੇ ਭਾਰਤ ਦੀਆਂ ਏਜੰਸੀਆਂ ਉਹੀ ਕੰਮ ਤਾਂ ਨਹੀਂ ਕਰ ਰਹੀਆਂ ਸੀਆਂ ਜੋ ਉਹਨਾਂ ਨੇ ਕੈਨੇਡਾ ਦੇ ਵਿੱਚ 1985 'ਚ ਜਿਹੜਾ 에ਅਰ ਇੰਡੀਆ ਬੰਬ ਕਾਂਡ ਹੋਇਆ ਸੀ ਸਿੱਖਾਂ ਨੂੰ ਬਦਨਾਮ ਕਰਨ ਲਈ, ਭਈ ਉੱਦਾਂ ਦਾ ਜਿਹੜਾ ਕੰਮ ਆ ਉਹ ਕੀਤਾ ਜਾਵੇ। ਕੱਲ੍ਹ ਵਾਸ਼ਿੰਗਟਨ ਪੋਸਟ ਨੇ ਪੂਰੀ ਦੁਨੀਆ ਜਿਹੜੀ ਆ ਉਹ ਹਿਲਾ ਕੇ ਰੱਖ ਦਿੱਤੀ ਜਦੋਂ ਉਹਨਾਂ ਨੇ ਸ਼ਰੇਆਮ ਰਾਹ ਦੇ ਉਹਨਾਂ ਏਜੰਟਸ ਦੇ ਨਾਮ ਮੈਂਸ਼ਨ ਕਰ ਦਿੱਤੇ, ਡਿਕਲੇਅਰ ਕਰ ਦਿੱਤੇ ਵੀ ਆਹ ਬੰਦੇ ਜਿਹੜੇ ਸੀ ਉਹ ਕੈਨੇਡਾ ਦੇ ਸਿਟੀਜਨ ਨੂੰ ਮਾਰਨ ਦੇ ਵਿੱਚ ਇਨਵੋਲਵ ਸੀ ਤੇ ਅਮਰੀਕਾ ਦੇ ਜਿਹੜੇ ਸਿਟੀਜਨ ਨੂੰ ਮਾਰਨ ਜਾ ਰਹੇ ਸੀ। ਅੱਜ ਆਸਟ੍ਰੇਲੀਆ ਤੋਂ ਇਹ ਖਬਰ ਆ ਰਹੀ ਆ ਵੀ ਇੰਡੀਆ ਦੀ ਮੋਦੀ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਦੇ ਦੋ ਏਜੰਟਸ ਨੂੰ 2020 ਦੇ ਵਿੱਚ ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ ਜੋ SCO ਆ ਉਹਨਾਂ ਨੇ ਫੜ ਲਿਆ ਸੀ ਭਈ ਉਹ ਉੱਥੇ ਦੇ ਏਅਰਪੋਰਟ ਦੀ ਸਿਕਿਉਰਿਟੀ ਤੇ ਹੋਰ ਡਿਫੈਂਸ ਦੇ ਬਾਰੇ ਬਹੁਤ ਕੁਛ ਇਕੱਠਾ ਕਰ ਰਹੇ ਸੀ। ਜੀ ਬਿਲਕੁਲ। ਸੋ ਕਹਿੰਦੇ ਵੀ ਨੈਸਟ ਆਫ ਸਪਾਈਜ਼ ਜਿਹੜੇ ਬਾਹਰਲੇ ਮੁਲਕਾਂ ਦਾ ਜਿਹੜਾ ਉਹਨਾਂ ਨੇ ਇੱਕ ਆਲੜਾ ਬਣਾਇਆ ਪਿਆ ਸੀਗਾ ਜਾਸੂਸਾਂ ਦਾ, ਉਸ ਨੂੰ ਉਹਨਾਂ ਨੇ ਡਿਸਰਪਟ ਕੀਤਾ ਸੀ। ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ 5 Eyes ਦਾ ਇਹ ਮੈਂਬਰ ਆ SCO, ਅਤੇ 2020 ਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਪਤਾ ਲੱਗ ਗਿਆ ਸੀ। SCO ਦੇ ਜਿਹੜੇ ਡਾਇਰੈਕਟਰ ਜਨਰਲ ਮਾਈਕ ਜਿਹੜੇ ਬਰਗਰੈਸ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇੱਕ ਸਲਾਨਾ ਜਦੋਂ ਥਰੈਟ ਦਿੱਤਾ ਸੀਗਾ ਵੀ ਸਲਾਨਾ ਜਿਹੜਾ ਥਰੈਟ ਅਸੈਸਮੈਂਟ ਹੁੰਦੀ ਡਿਲੀਵਰ ਕੀਤੀ ਗਈ ਸੀ ਉਹਦੇ ਵਿੱਚ ਇਹਦੇ ਬਾਰੇ ਜਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗਾ ਸੀ। ਵਾਸ਼ਿੰਗਟਨ ਪੋਸਟ ਦੀ ਇਸ ਹਫ਼ਤੇ ਆਈ ਰਿਪੋਰਟ ਨੇ ਜਿਹੜੇ ਦੋ ਮੈਂਬਰਸ ਆ ਇੰਡੀਅਨ ਇੰਟੈਲੀਜੈਂਸ ਏਜੰਸੀ ਰੋ ਦੇ, ਉਹਨਾਂ ਦਾ ਉਸ ਦੇ ਵਿੱਚ ਨਾਮ ਜਿਹੜਾ ਉਹ ਲਿਆ ਯਾਦਵ ਦਾ, ਡਵਾਲ ਨੂੰ ਕਹਿੰਦੇ ਪਤਾ ਆ, ਮੋਦੀ ਦਾ ਜਿਹੜਾ ਆ। ਸੋ ਇਹ ਕਿਤੇ ਨਾ ਕਿਤੇ ਜਿਹੜੀ ਖੂਨੀ ਖੇਡ ਖੇਡੀ ਜਾ ਰਹੀ ਆ ਭਾਰਤ ਦੀ ਸਰਕਾਰ ਦੇ ਦੁਆਰਾ ਆਪਣੀਆਂ ਜਿਹੜੀਆਂ ਏਜੰਸੀਆਂ ਅਤੇ ਜਾਸੂਸਾਂ ਦੇ ਜ਼ਰੀਏ ਜੋ ਕਿ ਥਾਂ ਥਾਂ ਦੇ ਉੱਤੇ ਸਿੱਖਾਂ ਦੇ ਵਿੱਚ ਘੁਸਪੈਠ ਕਰਕੇ ਅਤੇ ਉਹਨਾਂ ਨੂੰ ਜਾਂ ਤਾਂ ਅੰਦਰੋਂ ਖੋਖਲਾ ਕਰਨ ਦੀ ਕੋਸ਼ਿਸ਼ ਆ ਅਤੇ ਜਾਂ ਬਾਹਰੋਂ ਧਮਕੀਆਂ ਅਤੇ ਮਾਰਨ ਤੱਕ ਦੀ ਜਿਹੜੀ ਗੱਲ ਆ ਉਹ ਕਰ ਰਹੇ ਆ, ਅਤੇ ਕਈ ਥਾਵਾਂ 'ਤੇ ਉਹਨਾਂ ਨੇ ਇੱਦਾਂ ਕੀਤਾ ਵੀ ਹੈਗਾ ਆ। ਸੋ ਹੁਣ ਪਰ ਇਹ ਚੀਜ਼ਾਂ ਜਦ ਸਾਹਮਣੇ ਆਈਆਂ ਆ ਤਾਂ ਇਹਦੇ ਨਾਲ ਜਿਹੜੀ ਸਨਸਨੀ ਆ ਹੋਰ ਵੀ ਜ਼ਿਆਦਾ ਫੈਲੀ ਆ। ਨੋ ਡਾਊਟ ਇੰਡੀਆ ਦੀ ਜਿਹੜੀ ਮੰਤਰਾਲੇ ਆ ਉੱਥੇ ਦਾ ਜਿਹੜਾ ਬਾਹਰਲਾ, ਉਹਨਾਂ ਨੇ ਇਸ ਚੀਜ਼ ਨੂੰ ਰੱਦ ਕੀਤਾ, ਕਹਿੰਦੇ ਜੀ ਅਸੀਂ ਇੱਦਾਂ ਦਾ ਕੁਛ ਨਹੀਂ ਕੀਤਾ। ਪਰ ਹੁਣ ਜਿਹੜਾ ਉਹ ਯਾਦਵ ਦਾ ਨਾਮ ਆਇਆ ਆ ਸਾਹਮਣੇ, ਗੁਪਤੇ ਦੇ ਨਾਲ ਉਹ ਕਿੱਦਾਂ ਲਿੰਕ ਸੀਗਾ, ਕਿੱਦਾਂ ਡਵਾਲ ਨੂੰ ਇਸ ਦਾ ਜਿਹੜਾ ਉਹ ਪਤਾ ਹੋਊਗਾ, ਅਦਰਵਾਈਜ਼ ਇੱਥੇ ਉੱਥੇ ਕਹਿੰਦੇ ਵੀ ਕੀੜੀ ਨਹੀਂ ਤੁਰ ਸਕਦੀ, ਵੀ ਉਹ ਸਾਰੀਆਂ ਚੀਜ਼ਾਂ ਕਿੱਦਾਂ ਹੋਊਗਾ। ਕੁਆਡ ਦਾ ਮੈਂਬਰ ਆ ਉੱਦਾਂ ਇੰਡੀਆ, ਜਿਸ ਦੇ ਵਿੱਚ US ਵੀ, ਆਸਟ੍ਰੇਲੀਆ ਵੀ ਆ ਅਤੇ ਜਪਾਨ ਵੀ ਆ। ਪਰ ਇਹ ਵੀ ਦੇਖਿਆ ਗਿਆ ਬੀਤੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇੰਡੀਆ ਨੂੰ ਉਹਨਾਂ ਨੇ ਸਾਈਡ ਲਾਈਨ ਵੀ ਕੀਤਾ ਹੈਗਾ ਆ। ਚਾਈਨਾ ਦੀ ਮਿਲਟਰੀ ਬਿਲਡਅਪ ਨੂੰ ਦੇ ਇੱਕ ਜਵਾਬ ਦੇ ਵਜੋਂ ਇੰਡੀਆ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਹੈ, ਪਰ ਭਾਰਤ ਆਪਣੀਆਂ ਆਪ ਹੁਦਰੀਆਂ ਦੇ ਕਰਕੇ ਇਸ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿੰਦਾ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਕਈ ਇੰਸਟੈਂਸ ਤਾਂ ਇੱਦਾਂ ਦੇ ਸੀਗੇ ਵੀ ਜਿਹੜੀ ਜਾਸੂਸੀ ਆ ਉਹ ਕੰਡਕਟ ਕੀਤੀ ਜਾ ਰਹੀ ਸੀਗੀ ਉਹਨਾਂ ਕੰਟਰੀਜ਼ ਦੇ ਦੁਆਰਾ ਜਿਨ੍ਹਾਂ ਨੂੰ ਆਸਟ੍ਰੇਲੀਆ ਇੱਕ ਮਿੱਤਰ ਮੁਲਕ ਦੇ ਵਜੋਂ ਜਿਹੜਾ ਆ ਉਹ ਦੇਖਦਾ ਹੈਗਾ ਆ, ਜਿਨ੍ਹਾਂ ਦੇ ਨਾਲ ਅਸੀਂ ਇੰਟੈਲੀਜੈਂਸ 'ਚ ਵੀ ਜਿਹੜੀ ਉਹ ਸ਼ੇਅਰ ਕਰਦੇ ਹਾਂ ਉਹ ਸਾਡੇ ਹੀ ਪਿੱਠ ਦੇ ਵਿੱਚ ਜਿਹੜਾ ਉਹ ਸ਼ੁਰਾ ਖੋਭ ਰਹੇ ਆ। ਸੋ ਭਾਰਤ ਦੀ ਜਿਹੜੀ ਸਰਕਾਰ ਆ ਉਹ ਇਹ ਹੁਣ ਪਿੱਠ ਵਿੱਚ ਸ਼ੁਰਾ ਖੋਭਣ ਦੇ ਵਿੱਚ ਲੱਗਦਾ ਆ ਨੰਬਰ 1 ਜਿਹੜੀ ਉਹ ਬਣਦੀ ਜਾ ਰਹੀ ਆ।
ਡੈਮੋਕਰੇਸੀ ਦਾ ਮਖੌਟਾ ਪਹਿਨ ਕੇ ਉਹ ਅੰਦਰ ਖਾਤੇ ਕੀ ਜਿਹੜਾ ਉਹ ਕਰ ਰਹੇ ਆ ਉਹ ਪੂਰੀ ਤਰ੍ਹਾਂ ਇਸ ਟਾਈਮ ਐਕਸਪੋਜ਼ ਹੋ ਰਿਹਾ ਆ। ਉਸ ਟਾਈਮ ਦੇ ਉੱਤੇ ਸਕੌਟ ਮੋਰਿਸਨ ਹੁੰਦੇ ਸੀਗੇ ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ ਦੇ, ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ, ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਯਾਦ ਹੋਣਾ ਜਦੋਂ ਰੈਫਰੈਂਡਮ ਦੀਆਂ ਉੱਥੇ ਵੋਟਾਂ ਹੋਈਆਂ ਸੀ ਕਿਸ ਤਰੀਕੇ ਦੇ ਨਾਲ ਉੱਥੇ ਦੇ ਮੰਦਰਾਂ ਦੇ ਬਾਹਰ ਜਿਹੜੇ ਉਹ ਨਾਅਰੇ ਲਿਖੇ ਗਏ, ਜਿਸ ਤੋਂ ਬਾਅਦ ਦੇ ਵਿੱਚ ਕੁਈਨਜ਼ਲੈਂਡ ਦੀ ਪੁਲਿਸ ਨੇ ਇਹ ਕਿਹਾ ਸੀਗਾ, ਅਖਬਾਰਾਂ ਦੇ ਵਿੱਚ ਛਪਿਆ ਸੀਗਾ ਵੀ ਇਹਦੇ ਵਿੱਚ ਤਾਂ ਆਪਣਾ ਇਹਨਾਂ ਦਾ ਹਿੰਦੂ ਹੈਂਡ ਸੀਗਾ। ਕੱਲ ਜਿਹੜੀ ਆ ਹੋਰ ਵੀ ਕਈ ਜਿਹੜੇ ਤੱਥ ਇੰਡੀਆ ਦੇ ਵਿੱਚ ਜਿਹੜੀ ਕ੍ਰਿਮੀਨਲ ਹਿੰਸਾ ਵਾਪਰ ਰਹੀ ਆ ਉਹਦੇ ਵਿੱਚ ਵੀ ਉਹੀ ਐਂਗਲ ਨਿਕਲ ਰਿਹਾ ਆ ਵੀ ਹਿੰਦੂ ਹੈਂਡ ਜਿਹੜਾ ਉਸ ਦੇ ਵਿੱਚ ਜ਼ਿਆਦਾ ਆ, ਜਿਹਦੇ ਵਿੱਚ ਉਹ ਆਪਸ ਦੇ ਵਿੱਚ ਲੋਕਾਂ ਨੂੰ ਲੜਾ ਰਹੇ ਆ, ਹਿੰਸਾ ਕਰਾ ਰਹੇ ਆ, ਤਾਂ ਜੋ ਜਿਹੜੇ ਆ ਅਸੀਂ ਉੱਥੇ ਇਲੈਕਸ਼ਨਾਂ ਦੇ ਵਿੱਚ ਜਿੱਤ ਸਕੀਏ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੋਡਸ ਓਪਰੈਂਡੀ ਇਹੀ ਆ ਵੀ ਉਹ ਘੁਸਪੈਠ ਕਰਦੇ ਆ, ਦੂਜੀ ਕਮਿਊਨਿਟੀ ਨੂੰ ਬਦਨਾਮ ਕਰਨਾ, ਡਿਸੀਡੈਂਟਸ ਨੂੰ, ਜਰਨਲਿਸਟ ਨੂੰ, ਐਕਟਿਵਿਸਟ ਨੂੰ ਡਰਾਉਣਾ, ਧਮਕਾਉਣਾ, ਉਹਨਾਂ ਦਾ ਨਾਂ ਬਦਨਾਮ ਕਰਨਾ, ਅਤੇ ਇਹ ਵੀ ਚੀਜ਼ਾਂ ਜਿਹੜੀਆਂ ਨਾ ਹੋਵਣ ਤਾਂ ਫਿਰ ਉਹਨਾਂ ਨੂੰ ਕਤਲ ਕਰ ਦੇਣਾ। ਸੋ ਉਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ ਅਤੇ ਆਸਟ੍ਰੇਲੀਆ ਵਿੱਚ ਵੀ ਇਹ ਇੱਦਾਂ ਹੀ ਕਰ ਰਹੇ ਸੀ, ਪਰ ਆਸਟ੍ਰੇਲੀਆ ਵਾਲਿਆਂ ਨੇ ਇਸ ਨੂੰ ਜਿਹੜਾ ਆ ਇਸ ਵਿੱਚੋਂ ਜਿਹੜਾ ਉਹ ਰੋਕਿਆ ਆ। ਪਰ 2024 ਦੀ ਐਨੂਅਲ ਥਰੈਟ ਅਸੈਸਮੈਂਟ ਦੇ ਵਿੱਚ ਜਿਹੜਾ ਆ ਕਹਿੰਦੇ ਵੀ ਇਹ ਵੀ ਹੁਣ ਦੱਸਿਆ ਗਿਆ ਆ, ਕਹਿੰਦੇ ਵੀ ਜਿਹੜੇ ABC ਵਾਲਿਆਂ ਨੇ ਨਿਊਜ਼ ਕੀਤੀ ਆ ਇਹ ਉਹੀ ਅਦਾਰਾ ਆ ਜਿਨ੍ਹਾਂ ਦੀ ਅਵਾਨੀ ਦਿਆਸ ਨੂੰ ਉਹਨਾਂ ਨੇ ਉੱਥੋਂ ਹੁਣ ਕੱਢ ਦਿੱਤਾ ਸੀਗਾ, ਵੀਜ਼ਾ ਜਿਹੜਾ ਆ ਉਹ ਐਕਸਟੈਂਡ ਨਹੀਂ ਸੀ ਕੀਤਾ। ਕਹਿੰਦੇ ਵੀ ਇਹਨਾਂ ਨੇ ਇੰਡੀਆ ਦੇ ਜਿਹੜੇ ਹਾਈ ਕਮਿਸ਼ਨ ਨੇ ਇਸ ਉੱਤੇ ਜਿਹੜਾ ਉਹ ਜਵਾਬ ਟਿੱਪਣੀ ਜਿਹੜੀ ਉਹ ਕੋਈ ਵੀ ਨਹੀਂ ਦਿੱਤੀ ਜੀ। ਹੁਣ ਤੱਕ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਇਹਨਾਂ ਮੁਲਕਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਭਾਰਤ ਦੀਆਂ ਏਜੰਸੀਆਂ ਦੇ ਬੰਦੇ ਜੋ ਉੱਥੇ ਦੀ ਸਰਕਾਰ ਦੇ ਅਗੇਂਸਟ ਬੋਲਦੇ ਆ ਉਹਨਾਂ ਨੂੰ ਐਲੀਮੀਨੇਟ ਕਰਨ ਦੇ ਲਈ ਕਿਸੇ ਤੱਕ ਵੀ ਜਿਹੜੇ ਆ ਉਹ ਪਹੁੰਚ ਸਕਦੇ ਹੈਗੇ ਆ। ਸੋ ਆਪਾਂ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਹਾਂ, ਜ਼ਰੂਰ ਇਹਨਾਂ ਨੂੰ ਸੁਣਿਆ ਕਰੋ। ਵਾਰ ਵਾਰ ਆਪਾਂ ਹਮੇਸ਼ਾ ਜਿਸ ਤਰ੍ਹਾਂ ਕਹਿੰਦੇ ਰਹਿੰਦੇ ਹਾਂ ਵੀ ਜਿਸ ਤਰ੍ਹਾਂ ਅਮਰੀਕਾ ਵਾਲੇ ਰਿਗਰੈਟ ਕਰ ਰਿਹਾ ਵੀ ਚਾਈਨਾ ਦੀ ਅਸੀਂ ਬਹੁਤ ਸਪੋਰਟ ਕੀਤੀ, ਮੈਨੂਫੈਕਚਰਿੰਗ ਸਾਰਾ ਕੁਛ ਲੈ ਕੇ ਉੱਥੇ, ਤੇ ਹੁਣ ਰਿਗਰੈਟ ਕਰਦੇ ਆ ਵੀ ਚਾਈਨਾ ਕਿੱਧਰ ਨੂੰ ਜਾ ਰਿਹਾ ਤੇ ਕਿਤੇ ਇੰਡੀਆ ਨਾਲ ਇੱਦਾਂ ਦੋਸਤੀ ਕਰਕੇ ਬਾਅਦ ਦੇ ਵਿੱਚ ਰਿਗਰੈਟ ਨਾ ਕਰਨ।